12 6 23 ਦੀ ਗੱਲ ਹੈ ਕਿ ਸਰਬਜੋਤ ਨਾਮ ਦਾ ਲੜਕਾ ਸੀ ਜਿਹੜਾ ਰੈਟੀਨ ਐਂਟ ਕੰਪਨੀ ਦੇ ਵਿੱਚ ਜਿਹੜੀ ਕਲੈਕਸ਼ਨ ਕਰਦਾ ਸੀ ਉਹਦੀ ਕਲੈਕਸ਼ਨ ਕਰਕੇ ਸਾਰਿਆਂ ਆ ਰਿਹਾ ਸੀ ਤੇ ਇਹ ਜਾ ਰਿਹਾ ਸੀ ਤੇ ਕਬੀਰ ਪਾਰਕ ਦੇ ਲਾਗੇ ਜਿਹੜੇ ਆ ਇਹ ਪੰਜ ਜਣੇ ਸੀ ਟੋਟਲ ਜਿਨ੍ਹਾਂ ਨੇ ਮੋਟਰਸਾਈਕਲਾਂ 'ਤੇ ਆਏ ਸੀ ਜਿਨ੍ਹਾਂ ਨੇ ਇਹਨੂੰ ਜ਼ਖਮੀ ਕਰਕੇ ਇਹਦੇ ਪੈਸੇ ਖੋਹ ਕੇ ਲੈ ਗਏ ਸੀ ਅਸੀਂ ਇਹਦੇ ਵਿੱਚ 200 ਨੰਬਰ ਐਫ ਆਈ ਆਰ ਦਰਜ ਕੀਤੀ ਸੀ ਥਾਣੇ ਇਸਲਾਮਾਬਾਦ ਦੇ ਵਿੱਚ 12/6/23 ਅੰਡਰ ਸੈਕਸ਼ਨ 379 ਦੀ 25/54 ਅਤੇ 34 ਸਾਡੀ ਟੀਮ ਏ ਸੀ ਪੀ ਸੈਂਟਰ ਅਤੇ ਮਤਹਿਤ ਜਿਹੜੀ ਆ ਐਸ ਐਚ ਓ ਇਸਲਾਮਾਬਾਦ ਇਹਨਾਂ ਨੇ ਬੜੀ ਸਖ਼ਤ ਮਿਹਨਤ ਕਰਕੇ ਜਿਹੜਾ ਮੁਕਦਮੇ ਨੂੰ ਟਰੇਸ ਕੀਤਾ ਜਿਹਦੇ ਵਿੱਚ ਅਸੀਂ ਦੋ ਦੋਸ਼ੀ ਫੜ ਲਏ ਆ ਇੱਕ ਹੈਗਾ ਜਗਜੀਤ ਸਿੰਘ ਪੁੱਤਰ ਜਗੀਰ ਸਿੰਘ ਇਹ ਨਿਮਲਾ ਕਲੋਨੀ ਆ ਛਿਆਟਿਆ ਦਾ ਦੂਜਾ ਹੈਗਾ ਕਵਲਜੀਤ ਸਿੰਘ ਇਲੀਅਸ ਬਿੱਲਾ ਸਾਨੂੰ ਪਰਮਜੀਤ ਸਿੰਘ ਆ ਇਹ ਆਜ਼ਾਦ ਨਗਰ ਇਹ ਵੀ ਛਿਆਟੇ ਦਾ ਇਹਨਾਂ ਦੇ ਕੋਲੋਂ ਜਿਹੜੀ ਇਹਨਾਂ ਲੁੱਟੀ ਰਕਮ ਸੀ ਉਹਦੇ ਵਿੱਚੋਂ 295,300 ਰੁਪਈਆ ਜਿਹੜਾ ਰਿਕਵਰ ਕੀਤਾ ਬਾਕੀ ਜਿਹੜੇ ਤਿੰਨ ਸਾਥੀ ਇਹਨਾਂ ਦੇ ਇੱਕ ਸਾਗਰ ਇੱਕ ਮਨਦੀਪ ਸਿੰਘ ਇੱਕ ਅਭਮਨੂ ਇਹਨਾਂ ਨੂੰ ਅਜੇ ਫੜਨਾ ਬਾਕੀ ਆ ਇਹਨਾਂ ਨੂੰ ਵੀ ਜਲਦੀ ਅਸੀਂ ਅਰੈਸਟ ਕਰ ਲਾਂਗੇ ਜਿਹੜੇ ਦੋ ਮੋਟਰਸਾਈਕਲ ਵਹੀਕਲ ਸੀ ਜਿਹੜੇ ਜਿਨ੍ਹਾਂ 'ਤੇ ਆਏ ਸਨ ਉਹ ਇਹਨਾਂ ਤਿੰਨਾਂ ਕੋਲ ਹੀ ਆ ਉਹ ਜਦੋਂ ਫੜਨਗੇ ਫੜਾਂਗੇ ਉਹ ਵੀ ਨਾ ਰਿਕਵਰ ਕਰਾਂਗੇ ਪੈਸੇ ਬਰਾਮਦ ਇਹਨਾਂ ਕੋਲ ਹੋਏ 295,300 ਰੁਪਈਏ ਜਿਹੜਾ ਇਹਨਾਂ ਦੋਨਾਂ ਸਰ ਇਹਨਾਂ ਨੇ ਕਿਸ ਤਰ੍ਹਾਂ ਪਲਾਨ ਕੀਤਾ ਸੀ ਪਹਿਲਾਂ ਰਿਕੀ ਕੀਤੀ ਸੀ ਇਹਨਾਂ ਨੇ ਜਾਂ ਫਿਰ ਯਕਦਮ ਇਹਨਾਂ ਨੂੰ ਪਤਾ ਲੱਗਾ ਕਿ ਉਸ ਜਗ੍ਹਾ ਤੇ ਹੈਗਾ ਤੇ ਚਲੋ ਇਹਨਾਂ ਵਿੱਚ ਇੱਕ ਲੜਕਾ ਜਿਹੜਾ ਮਨਦੀਪ ਸਿੰਘ ਜਿਹੜਾ ਸੀ ਇਹ ਜਿੱਥੋਂ ਕਲੈਕਸ਼ਨ ਕਰਕੇ ਆਇਆ ਸੀ ਉੱਥੇ ਉਹ ਕੰਮ ਕਰਦਾ ਸੀ ਉਹਨੂੰ ਪਤਾ ਸੀ ਵੀ ਲੈ ਕੇ ਜਾ ਰਿਹਾ ਮਨਦੀਪ ਸਿੰਘ ਫਿਰ ਉਹਦੇ ਦੂਜੇ ਨਾਲ ਸਾਥੀ ਸਨ ਉਹਨਾਂ ਨੇ ਫਿਰ ਉਹ ਨਾਲ ਉਹਨੇ ਲਾ ਲਿਆ ਅਤੇ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਵਾਰਦਾਤ ਵੇਲੇ ਵੀ ਉਹ ਕੰਮ ਕਰਦਾ ਜਾਂ ਪਹਿਲੇ ਕਰਕੇ ਹੱਟ 'ਚ ਕੰਮ ਕਰਦਾ ਸੀ ਉੱਥੇ ਕੰਪਨੀ 'ਚ ਕਿਉਂਕਿ ਕਾਫੀ ਜਗ੍ਹਾ ਤੋਂ ਪੈਸਾ ਕਲੈਕਟ ਕਰਕੇ ਆਉਂਦਾ ਸੀ ਅਲੱਗ ਅਲੱਗ ਵਿਸ਼ਾਲ ਮੈਗਾਵਾਟ ਹੋਰ ਵੀ ਕਾਫੀ ਜਗ੍ਹਾ ਸੀ ਜਿੱਥੇ ਇਹਨਾਂ ਦੇ ਕੰਪਨੀਆਂ ਲਿੰਕਡ ਹੈਗੇ ਸੀ ਉੱਥੋਂ ਪੈਸਾ ਇਕੱਠਾ ਕਰਕੇ ਲੈ ਕੇ ਆਇਆ ਸੀ ਸਰ ਇਹ ਦੋ ਦੋਸਤਾਂ ਦੀ ਕਹਾਣੀ ਹੈ ਕਿ ਦੋ ਕ੍ਰਿਮੀਨਲਾਂ ਦੀ ਕਹਾਣੀ ਹੈ ਇਹ ਹੁਣ ਇਨਵੈਸਟੀਗੇਸ਼ਨ ਕਰਾਂਗੇ ਅੱਜ ਇਹਨਾਂ ਨੂੰ ਜਿਹੜਾ ਵਾ ਅਰੈਸਟ ਕੀਤਾ ਵਾ ਕੱਲ੍ਹ ਨੂੰ ਪੇਸ਼ ਕਰਾਂਗੇ ਕੋਰਟ ਦੇ ਵਿੱਚ ਇਹਨਾਂ ਰਿਮਾਂਡ ਲਵਾਂਗੇ ਅਤੇ ਜਿਹੜਾ ਸਖਤੀ ਨਾਲ ਪੁੱਛਗਿੱਛ ਕਰਾਂਗੇ ਸਾਰੀ ਗੱਲਾਂ ਜਿਹੜੀਆਂ ਸਾਹਮਣੇ ਆ ਜਾਣਗੀਆਂ ਜਿਹੜੀ ਹੁਣ ਤੱਕ ਦੀ ਪੁੱਛਗਿੱਛ ਜਿਹੜੀਆਂ ਗੱਲਾਂ ਆਈਆਂ ਨੇ ਇਹ ਤੁਹਾਨੂੰ ਦੱਸਦੀਆਂ ਨੇ ਇਹ ਪੰਜ ਜਣੇ ਇਨਵੋਲਵ ਆ ਉਹ ਇਹਦਾ ਨਹੀਂ ਪੜਤਾਲ ਕਰਦੇ ਹੁਣ ਸਾਰਾ ਰਿਕਾਰਡ ਚੈੱਕ ਕਰਦੇ ਵੀ ਇਹਨਾਂ ਦਾ ਕੀ ਮਿਰਚਾਂ ਕਿਉਂ ਪਾਈਆਂ ਦਾਦਰ ਮਾਰ ਦਿੱਤੇ ਬੰਦੇ ਨੂੰ ਫਿਰ ਇਹਨਾਂ ਨੇ ਮਿਰਚਾਂ ਪਾਈਆਂ ਕੀ ਇਹਨਾਂ ਦਾ ਕੀ ਮਕਸਦ ਕੀ ਸੀ ਇਹਨਾਂ ਦਾ ਮਕਸਦ ਇਹਨਾਂ ਦਾ ਲੁੱਟਣਾ ਹੀ ਮਕਸਦ ਹੀ ਲੋਟੀ ਕਰਨੀ ਜਿਹੜੀ ਕਰ ਲਈ ਮੇਨ ਤੇ ਮਕਸਦ ਇਹ ਵੀ ਲੁੱਟਣ ਦਾ ਤੇ ਉਹ ਬਾਕੀ ਉਹਨਾਂ ਨੇ ਨਾਲ ਰਿਮਾਂਡ ਲੈ ਕੇ ਸਾਰੀ ਜਿਹੜੀ ਤੀਸ਼ੋ ਕਿੰਨੀ ਕਿੰਨੀ ਉਮਰ ਦੇ ਹੋਣਗੇ ਸਰ ਏਜ ਕਿੰਨੀ ਦੀ ਪਈ ਸਰ ਏਜ ਇਹਨਾਂ ਦੀ ਕਿੰਨੀ ਮੇਰੇ ਨਾਲ ਹੋਸਤ 22 ਸਾਲ ਦੇ ਆ ਦੋਵੇਂ ਪੈਸਾ ਲੁੱਟਣਾ ਸੀ ਇਹ ਜਾ ਰਿਹਾ ਤੇ ਅਸੀਂ ਜਿਹੜਾ ਵਾ ਇਹ ਉਹਨਾਂ ਨੂੰ ਕਰਨੀ ਇਹਨਾਂ ਦੀ ਤਫਤੀਸ਼ ਦੇ ਵਿੱਚ ਆਪਾਂ ਤੁਹਾਡੇ ਤਫਤੀਸ਼ ਵਿੱਚ ਇਹ ਵੀ ਸ਼ਾਮਿਲ ਹੋਏਗਾ ਕਿ ਇਹ ਬੇਰੋਜ਼ਗਾਰ ਤੇ ਨਹੀਂ ਸੀ ਇਹ ਤਫਤੀਸ਼ ਦੀਆਂ ਗੱਲਾਂ ਨੇ ਕੀ ਕੰਮ ਕਰਦੇ ਆ ਸਾਰਾ ਵੈਰੀਫਾਈ ਕਰਦੇ ਆ ਬੇਰੁਜ਼ਗਾਰ ਦਾ ਮਤਲਬ ਇਹ ਨਹੀਂ ਵੀ ਲੋਕਾਂ ਕੋਲ ਲੁੱਟਣਾ ਥੋੜ੍ਹਾ ਗਲਤ ਬੇਰੁਜ਼ਗਾਰ ਰੁਜ਼ਗਾਰ ਤੇ ਕਰਨਾ ਸਾਰੇ ਕਰਦੇ ਆ ਕੋਈ ਮਾੜਾ ਚੰਗਾ ਇਹ ਸਾਡੇ ਗੁਰੂ ਕੀ ਬਡਾਲੀ ਰੋਡ ਤੋਂ ਬੋੜੀ ਚੌਂਕ ਲੱਗੂ ਹੈਗੇ ਇਹਨਾਂ ਦੇ ਚੈੱਕ ਕਰਦੇ ਆ ਕਿੰਨੇ ਟੋਟਲ ਇਨਵੈਸਟੀਗੇਸ਼ਨ ਦੀ ਬਸ ਬੜੀ ਮਿਹਨਤ ਕੀਤੀ ਆ ਸਾਡੀ ਟੀਮ ਨੇ ਫੋਟੋ ਸਾਰੇ ਜਣੇ ਮਤਲਬ ਰੋਜ਼ਗਾਰ ਇਹਨਾਂ ਨੇ ਅਪਣਾ ਲਿਆ ਸੀ ਮਾਰ ਮਾਰ ਕੇ ਮਿਰਚਾਂ ਮਕਾ ਕੇ ਦਾਤਰ ਮਾਰ ਕੇ ਰੋਜ਼ਗਾਰ ਅਪਣਾ ਲਿਆ ਸੀ ਇਹ ਗੱਲ ਸਹੀ ਹੈ ਇਹ ਸਮ ਜੋ ਵੀ ਸਮਝ ਸਕਦੇ ਲੁੱਟ ਖੋ ਕਰਦਾ ਜਿਹੜਾ ਮੇਰਾ ਮਤਲਬ ਇਹ ਜਿਹੜਾ ਇਹ ਲੁੱਟ ਕਰਦੀ ਸੀ ਕਰਦੇ ਕੰਮ ਸਾਰੇ ਨੌਕਰੀ ਕਰਦੇ ਇਹ ਨੀ
ਇਹਨਾਂ ਨੇ ਵੈਰੀਫਾਈ ਕਰਦੇ ਆ, ਬੈਂਕ ਰਿਕਾਰਡ ਚੈੱਕ ਕਰਦੇ ਆ ਕਿੰਨੇ ਪਰਚੇ ਦਰਜ ਆ, ਸਾਰਾ ਅਥਾਰਟੀ ਅੱਜ ਫੜੇ ਆ। ਠੀਕ ਹੈ ਨਾ, ਅੱਜ ਫੜੇ ਆ, ਇਹਨਾਂ ਨੇ ਰਿਮਾਂਡ ਲੈ ਕੇ ਸਾਰਾ ਚੈੱਕ ਕਰਾਂਗੇ।